ਮੈਂ ਇਕੱਲਾ ਨਹੀਂ ਮੰਗ ਕਰਦਾ, ਅਸਲ 'ਚ ਅੱਜ ਸਾਡੀ ਸਾਰੀ ਜਿਹੜੀ ਪਾਰਟੀ ਹੈ ਲੋਕ ਇਨਸਾਫ ਪਾਰਟੀ ਇਸ ਗੱਲ ਦੀ ਮੰਗ ਕਰਦੀ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਦਿੱਲੀ 'ਚ ਜਿਹੜੇ 84 'ਚ ਸਿੱਖ ਮਾਰੇ ਗਏ ਉਹਨਾਂ ਦੇ ਲਈ ਨਾਰਕੋਟੈਕਸ ਟੈਸਟ ਦੀ ਮੰਗ ਕਰਦੀ ਹੈ, ਤਾਂ ਜਿਹੜਾ ਵਹਿਬਲ ਕਲਾਂ ਕਾਂਡ ਹੋਇਆ, ਗੋਲੀ ਕਾਂਡ ਹੋਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਦੋ ਨੌਜਵਾਨ ਸ਼ਹੀਦ ਹੋਏ, ਬਹੁਤ ਸਾਰੇ ਲੋਕਾਂ 'ਤੇ ਗੋਲੀਆਂ ਲੱਗੀਆਂ, ਸਾਡੀ ਪਾਰਟੀ ਇਸ ਗੱਲ ਦੀ ਮੰਗ ਕਰਦੀ ਹੈ ਕਿ ਜੋ ਉੱਥੇ ਅਕਾਲੀ ਦਲ ਮੰਗ ਕਰਦਾ ਕਿ ਨਾਰਕੋ ਟੈਸਟ ਹੋਏ, ਇੱਥੇ ਲੋਕ ਇਨਸਾਫ ਪਾਰਟੀ ਮੰਗ ਕਰਦੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਬੰਧ 'ਚ, ਦੋ ਸ਼ਹੀਦ ਹੋਏ ਨੌਜਵਾਨਾਂ ਦੇ ਸੰਬੰਧ 'ਚ, ਗੋਲੀ ਕਾਂਡ ਦੇ ਸੰਬੰਧ 'ਚ ਲੋਕ ਇਨਸਾਫ ਪਾਰਟੀ ਮੰਗ ਕਰਦੀ ਹੈ ਕਿ ਤਿੰਨ ਬੰਦਿਆਂ ਦਾ ਉਸ ਸਮੇਂ ਸਰਕਾਰ 'ਚ ਜਿਹੜੇ ਮੌਜੂਦ ਸੀ, ਪਹਿਲੇ ਨੰਬਰ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਦੂਸਰੇ ਨੰਬਰ 'ਤੇ ਡਿਪਟੀ ਮੁੱਖ ਮੰਤਰੀ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ, ਅਤੇ ਚੌਥੇ ਉਸ ਸਮੇਂ ਦੇ DGP ਸੁਮੇਧ ਸੈਣੀ। ਤਿੰਨ ਬੰਦਿਆਂ ਦਾ ਨਾਰਕੋ ਟੈਸਟ ਹੋਣਾ ਚਾਹੀਦਾ ਤਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਬੰਧ 'ਚ, ਉੱਥੇ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਦੇ ਸੰਬੰਧ 'ਚ, ਅਤੇ ਤਮਾਮ ਲੋਕਾਂ ਦੇ ਜਿਨ੍ਹਾਂ ਦੇ ਲੱਗੀਆਂ ਗੋਲੀਆਂ ਉਹਨਾਂ ਦੇ ਸੰਬੰਧ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਆ ਸਕੇ, ਅਤੇ ਜਿਹੜੇ ਸਿੱਖਾਂ ਦੇ ਹਿਰਦੇ ਅੱਜ ਵੀ ਵਲੁੰਦਰੇ ਹੋਏ ਹੈ ਉਹਨਾਂ 'ਤੇ ਮਲਮ ਲੱਗ ਸਕੇ, ਅਤੇ ਇਹ ਇਸ ਗੱਲ ਦਾ ਗਿਆਨ ਹੋ ਸਕੇ ਕਿ ਗੋਲੀ ਚਲਾਉਣ ਦਾ ਹੁਕਮ ਕਿਸ ਸੱਜਣ ਨੇ ਕੀਤਾ, ਅਤੇ ਕਿਉਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਕੀ ਜੇ ਬਾਦਲ ਉੱਥੇ ਮੰਗ ਕਰਦੇ ਆ, ਪਾਰਟੀ ਮੰਗ ਕਰਦੀ ਆ, ਕੀ ਉਹ ਆਪ ਤਿਆਰ ਨੇ ਕਿ ਸਾਡਾ ਨਾਰਕੋ ਟੈਸਟ ਕਰ ਲਓ, ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਦਾ ਕਰੋ, ਤਿੰਨ ਜਣਿਆਂ ਦਾ ਨਾਰਕੋ ਟੈਸਟ। ਦੁੱਖ ਅਤੇ ਅਫਸੋਸ ਹੈ, ਆਪਾਂ ਅਮੂਮਨ ਕਹਿੰਦੇ ਹਾਂ ਭਾਰਤ ਏਕ ਅਤੇ ਧਰਮ ਅਨੇਕ, ਇਸ ਗੱਲ 'ਤੇ ਮਾਣ ਤਾਂ ਮਹਿਸੂਸ ਕਰਦੇ ਹਾਂ, ਪਰ ਇਹਨੂੰ ਕਿਤੇ ਨਾ ਕਿਤੇ ਆਪਾਂ ਨੂੰ ਲਾਗੂ ਵੀ ਕਰਨਾ ਪੈਣਾ। ਇਸ ਗੱਲ ਦਾ ਦੁੱਖ ਅਤੇ ਅਫਸੋਸ ਹੈ ਕਿ ਕੱਲ੍ਹ ਹਿਸਾਰ ਵਿੱਚ ਇੱਕ ਸਿੱਖ ਪਰਿਵਾਰ 'ਤੇ ਬਹੁਤ ਭਿਆਨਕ ਢੰਗ ਨਾਲ ਹਮਲਾ ਹੋਇਆ, ਔਰ ਉੱਥੇ ਦੇ ਪ੍ਰਸ਼ਾਸਨ ਨੇ ਜਿਨ੍ਹਾਂ 'ਤੇ ਹਮਲਾ ਹੋਇਆ ਉਹਨਾਂ 'ਤੇ ਮੁਕੱਦਮਾ ਦਰਜ ਕਰਤਾ। ਮੈਂ ਇਸ ਗੱਲ ਦੀ ਅਪੀਲ ਕਰਨਾ ਚਾਹੁੰਦਾ, ਨਿਖੇਧੀ ਕਰਦਾ, ਅਤੇ ਉੱਥੇ ਦੇ ਪ੍ਰਸ਼ਾਸਨ ਨੂੰ ਅਤੇ ਉੱਥੇ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਜਿਨ੍ਹਾਂ ਨਾਲ ਜਿਨ੍ਹਾਂ ਦੇ ਕੇਸਾਂ ਦੀ ਬੇਅਦਬੀ, ਪਗੜੀ ਦੀ ਬੇਅਦਬੀ ਹੋਈ, ਕਿਰਪਾ ਕਰਕੇ ਉਹਨਾਂ ਨੂੰ ਇਨਸਾਫ ਦਿੱਤਾ ਜਾਏ। ਸੋ ਅੱਜ ਲੋਕ ਇਨਸਾਫ ਪਾਰਟੀ ਦੀ ਸਟੇਟ ਬਾਡੀ ਦੀ ਮੀਟਿੰਗ, ਜਿਹੜੇ ਪੰਜਾਬ ਦੇ ਅਹਿਮ ਇਸ਼ੂ ਆ ਉਹ ਵਿਚਾਰੇ ਗਏ ਆ। ਅਹਿਮ ਇਸ਼ੂਆਂ ਦੇ ਵਿੱਚ ਕਿਸਾਨ ਆਤਮ ਹੱਤਿਆਵਾਂ, ਪੰਜਾਬ ਦੇ ਅੰਦਰ ਪਿਛਲੇ ਦਿਨਾਂ ਦੇ ਵਿੱਚ ਬਾਦਲਾਂ ਦੀ ਸਰਕਾਰ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ, ਉਸ ਤੋਂ ਬਾਅਦ 'ਚ ਬਹਿਬਲ ਕਲਾਂ ਗੋਲੀ ਕਾਂਡ, ਉਦੋਂ ਅੱਗੇ ਪੰਜਾਬ ਦੇ ਅੰਦਰ ਚਿੱਟਾ ਨਸ਼ੇ ਦੀ ਪਕੜ ਦੇ ਵਿੱਚ। ਸੋ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਸਾਰੀ ਇੱਕ ਬੜੀ ਹੈਲਦੀ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ। ਲੋਕ ਇਨਸਾਫ ਪਾਰਟੀ ਜਿਹੜਾ 24 ਤਰੀਕ ਤੋਂ ਲੈ ਕੇ 28 ਤਰੀਕ ਤੱਕ ਸੈਸ਼ਨ, ਜਿਹਦੇ ਵਿੱਚ ਕੰਮ ਕਰਨ ਵਾਸਤੇ ਮਹਿਜ਼ ਇੱਕ ਦਿਨ ਦੇ ਵਿੱਚ ਜਸਟਿਸ ਰਣਜੀਤ ਸਿੰਘ ਰੰਧਾਵਾ ਕਮਿਸ਼ਨ ਦੀ ਰਿਪੋਰਟ ਵੀ ਟੇਬਲ ਹੋਣੀ ਹੈ। ਇੱਕ ਦਿਨ ਦੇ ਵਿੱਚ ਕੀ ਗੰਜੀ ਨਾ ਆਏਗੀ ਅਤੇ ਕੀ ਨਿਚੋੜੇਗੀ, ਪਰ ਅਸੀਂ ਉਹ ਸੈਸ਼ਨ ਦੇ ਵਿੱਚ ਸਰਕਾਰ ਦਾ ਪੱਖ ਦੇਖਾਂਗੇ ਕਿ ਜਿਹੜੇ ਗੋਲੀ ਕਾਂਡ ਦੇ ਵਿੱਚ ਸ਼ਾਮਿਲ ਲੋਕ ਹੈਗੇ ਆ, ਜਿਨ੍ਹਾਂ ਲੋਕਾਂ ਨੇ ਆਰਡਰ ਕੀਤੇ ਗੋਲੀ ਕਾਂਡ ਗੋਲੀ ਚਲਾਉਣ ਵਾਸਤੇ, ਕੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਬਾਦਲਾਂ ਦੇ ਬਰਖਿਲਾਫ਼ ਅਤੇ ਉਸ ਵੇਲੇ ਦੇ ਆਲਾ ਪੁਲਿਸ ਅਫਸਰਾਂ ਦੇ ਖਿਲਾਫ਼ ਆਇਆ ਕੋਈ ਕਾਰਵਾਈ ਕਰਦੀ ਹੈ? ਕੀ ਪੰਜਾਬ ਦੇ ਅੰਦਰ ਕਿਸਾਨਾਂ ਦੀਆਂ, ਪੰਜਾਬੀਆਂ ਦੀਆਂ ਝੂਠ ਮਾਰ ਕੇ ਲਈਆਂ ਵੋਟਾਂ, ਕੀ ਸਹਿਕਾਰੀ ਸਰਕਾਰੀ ਆੜ੍ਹਤੀਆਂ ਦੇ ਕਰਜ਼ੇ ਮਾਫ਼ ਅਤੇ ਹੋਇਆ ਕੀ? ਊਠ ਦੇ ਮੂੰਹ ਦੇ ਵਿੱਚ ਜੀਰਾ ਦੇਣ ਸਮਾਨ ਕੀ ਸਰਕਾਰ ਉਹਦੇ 'ਤੇ ਕਰਦੀ ਹੈ? ਉਸ ਤੋਂ ਅੱਗੇ ਲੁਧਿਆਣਾ ਸ਼ਹਿਰ ਦੀ ਇੰਡਸਟਰੀ, ਪੂਰੇ ਪੰਜਾਬ ਦੀ ਇੰਡਸਟਰੀ ਅੱਜ ਸ਼ਿਫਟ ਹੋ ਕੇ ਦੂਸਰੇ ਗੁਆਂਢੀ ਰਾਜਾਂ ਨੂੰ ਜਾ ਰਹੀ ਹੈ, ਅਤੇ ਸਾਡੀ ਸੂਬਾ ਸਰਕਾਰ ਕੀ ਕਰ ਰਹੀ ਹੈ ਇੰਡਸਟਰੀ ਨੂੰ ਬਚਾਉਣ ਵਾਸਤੇ? ਅੱਜ ਕੀ ਕਰ ਰਹੀ ਹੈ? ਬਿਜਲੀ 5 ਰੁਪਏ ਰੇਟ ਦੇਣੀ ਸੀ, ਪਰ 5 ਰੁਪਏ ਦੀ ਬਜਾਏ ਅੱਜ ਮੇਰਾ ਖਿਆਲ ਕਮਰਸ਼ੀਅਲ ਅਤੇ ਇੰਡਸਟਰੀ ਨੂੰ 10 ਰੁਪਏ ਤੋਂ ਮਹਿੰਗੀ ਬਿਜਲੀ ਕਰਤੀ ਇਹਨਾਂ ਨੇ। ਸੋ ਇਹਨਾਂ ਗੱਲਾਂ ਨੂੰ ਲੈ ਕੇ ਅੱਜ ਅਸੀਂ ਵਿਚਾਰ ਵਟਾਂਦਰਾ ਕੀਤਾ। ਲੋਕ ਇਨਸਾਫ ਪਾਰਟੀ ਪੰਜਾਬ ਦੇ ਅੰਦਰੋਂ ਮਾਫੀਆ ਖਤਮ ਕਰਨ ਵਾਸਤੇ, ਕਰਪਸ਼ਨ ਖਤਮ ਕਰਨ ਵਾਸਤੇ, ਸਰਕਾਰ ਨੂੰ ਆਪਣੇ ਵਾਅਦੇ ਕੀਤੇ ਲੋਕਾਂ ਦੇ ਨਾਲ ਯਾਦ ਕਰਾਉਣ ਵਾਸਤੇ ਆਉਂਦੇ ਦਿਨਾਂ ਦੇ ਵਿੱਚ ਜ਼ਰੂਰਤ ਪਈ ਅਤੇ ਸੰਘਰਸ਼ ਦੇ ਰਾਹ 'ਤੇ ਤੁਰੇ। ਹਾਂਜੀ, ਅਸੀਂ ਇੱਕ ਜਿਹੜੀਆਂ ਆਉਣ ਵਾਲੀਆਂ ਪੰਚਾਇਤੀ ਚੋਣਾਂ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸਮਿਤੀ ਦੀਆਂ ਚੋਣਾਂ, ਉਹਨਾਂ ਨੂੰ ਲੈ ਕੇ ਅਸੀਂ ਇੱਕ ਕਮੇਟੀ ਗਠਿਤ ਕੀਤੀ ਹੈ ਤਾਂ ਜੋ ਆਪਣੇ ਸੁਝਾਅ ਅਤੇ ਰਿਕਮੈਂਡੇਸ਼ਨ ਦੇਵੇਗੀ ਕਿ ਕਿਹੜੇ ਰੂਪ ਦੇ ਵਿੱਚ ਅਸੀਂ ਇਹ ਇਲੈਕਸ਼ਨ ਲੜਨੀ ਹੈ, ਪਾਰਟੀ ਸਿੰਬਲ 'ਤੇ ਲੜਨੀ ਹੈ, ਬਿਨਾਂ ਸਿੰਬਲ ਤੋਂ ਲੜਨੀ ਹੈ। ਸੋ ਉਹ ਕਮੇਟੀ ਦੀਆਂ ਸਿਫਾਰਿਸ਼ਾਂ ਅਨੁਸਾਰ
ਅਗਲਾ ਫੈਸਲਾ ਜਿਹੜਾ ਹੈ ਇਹਨਾਂ ਚੋਣਾਂ ਸੰਬੰਧੀ ਉਹ ਫਾਈਨਲ ਲਿਆ ਜਾਵੇ। ਨਵਜੋਤ ਸਿੱਧੂ ਨੇ ਉਹ ਪਾਕਿਸਤਾਨ ਦੇ ਫੌਜੀ ਨੂੰ ਜੱਫੀ ਪਾ ਲਈ, ਕੈਪਟਨ ਅਮਰਿੰਦਰ ਸਿੰਘ ਵੀ ਤਾਂ ਜੱਫੀਆਂ ਪਾਉਂਦੇ ਹੀ ਆ ਨਾ ਜੀ, ਤੇ ਹੁਣ ਕਿਹਨੂੰ ਕਿਹਨੂੰ ਕਹੀਏ, ਕੌਣ ਕਹੇ ਰਾਣੀ ਅੱਗਾ ਢੱਕ, ਜਿਹੜੇ ਪਰਿਵਾਰ ਦੇ ਵਿੱਚ ਬਾਪੂ ਇਸ ਰਸਤੇ ਤੁਰਿਆ ਹੋਵੇ ਤੇ ਬਾਕੀ ਮੈਂਬਰ ਤਾਂ ਨੈਚੁਰਲੀ ਤੁਰਨਗੇ। ਸੋ ਇਹ ਵਿਸ਼ਾ ਨਹੀਂ ਗਾ ਕਿ ਕਿਹਨੇ ਕਿਹਨੂੰ ਜੱਫੀ ਪਾਈ ਹੈ। ਅੱਜ ਹਿੰਦੁਸਤਾਨ ਦਾ ਉਹ ਪ੍ਰਧਾਨ ਮੰਤਰੀ ਜਿਹੜਾ 56 ਇੰਚ ਚੌੜਾ ਸੀਨਾ ਕਰਕੇ ਕਹਿੰਦਾ ਸੀ ਮੈਂ ਕਰ ਦੂੰ, ਤੇ ਅੱਜ ਹੋਇਆ ਕੁਛ ਨਹੀਂ ਗਾ। ਸੋ ਇਹ ਜੱਫੀਆਂ ਪੱਪੀਆਂ ਕਿਹੜੇ ਦੇਸ਼ ਦੇ ਲੋਕ ਕਿੱਥੇ ਆ ਕੇ ਜੱਫੀਆਂ ਪਾ ਰਿਹਾ, ਕਿਹੜਾ ਦੇਸ਼ ਦਾ ਲੋਕ ਕਿੱਥੇ ਜਾ ਕੇ ਕਿਸੇ ਨੂੰ ਮਿਲ ਰਿਹਾ, ਇਹ ਕੋਈ ਵਿਸ਼ਾ ਨਹੀਂ। ਸੋ ਮੈਂ ਤਾਂ ਕਹਿ ਕੇ ਹਟਿਆ ਜੀ, ਵਿਰੋਧੀ ਧਿਰ ਨੂੰ ਉਦੋਂ ਕਿਉਂ ਨਹੀਂ ਦਿਖਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਜਿਹੜੀ ਇੱਕ ਔਰਤ ਪਾਕਿਸਤਾਨ ਦੀ ਹੈਗੀ ਆ, ਜਿਹੜੀ ਜਰਨਲਿਸਟ ਹੈਗੀ ਆ ਸੁਰੱਖਿਆ ਦੇ ਉੱਤੇ, ਉਹਨੂੰ CM ਹਾਊਸ ਦੇ ਵਿੱਚ ਲਿਆ ਕੇ ਠਹਿਰਾਉਂਦੇ ਆ, ਉਦੋਂ ਲੋਕ ਕਿੱਥੇ ਸੀਗੇ, ਉਦੋਂ ਕਿਉਂ ਨਹੀਂ ਬੋਲਦੇ? ਤੋ ਮੈਂ ਤਾਂ ਇਹ ਕਹੂੰਗਾ ਕਿ ਕੌਣ ਕਿਹਨੂੰ ਜੱਫੀ ਪਾ ਰਿਹਾ, ਕੌਣ ਕੀ ਕਰ ਰਿਹਾ, ਇਹ ਸਾਰੀਆਂ ਜਿਹੜੀਆਂ ਐਵੇਂ ਵੇਸਟ ਆਫ ਟਾਈਮ ਹੈ।